ਹੈ, ਕਈ ਲੋਕ ਜਾ ਕੇ ਬੂਟੇ ਤਲੇ ਬਹਿੰਦੇ ਨੇ, ਬੂਟੇ ਤਲੇ ਜਾ ਕੇ ਬਹਿੰਦੇ, ਕਿਉਂ ਬਹਿੰਦੇ? ਕਿ ਬੂਟਾ ਸਾਨੂੰ ਛਾਣ ਦੇ ਸੀ, ਉਹ ਛਾਣ ਦੇ ਬਜਾਏ ਬੂਟਾ ਹੀ ਗਾਇਬ ਹੋ ਜਾਂਦਾ ਫਿਰ। ਹੈ, ਜਿਹੜੀ ਗੱਲ ਕਰਨਾ ਪਿਆ ਤੁਸੀਂ ਗੱਲਾਂ, ਉਹ ਆਪਣਾ ਜ਼ਹਿਨ ਇੱਥੇ ਬਿਠਾਓ ਨਾ। ਆ ਮਯੋਦੀਨ ਅਜਮੇਰੀ, ਆਖਰੀ ਆਖਰੀ ਬਸ, ਔਰ ਮੁਖਤਸਰ। ਜਿਸਲੇ ਅਗਣ ਆਵਾਜ਼ ਆਈ, ਔਰ ਇਹ ਗੱਲ ਵੀ ਤੁਹਾਨੂੰ ਦੱਸਦੇ ਮੈਂ, ਗੈਬ ਦੀ ਖਬਰ ਮੇਰਾ ਰੱਬ ਜਾਣਦਾ, ਰੱਬ ਇਹ ਗੱਲ ਜਾਣਦਾ, ਮੇਰੇ ਕੋਲ ਸੁਣੀ, ਰੱਬ ਇਹ ਗੱਲ ਵੀ ਜਾਣਦਾ। ਜਿਹੜਾ ਹੋਰ ਨਾਲ ਗੱਲ ਸੁਣੀ, ਹੋਰ ਨਾਲ ਇਹ ਗੱਲ ਹੋਰ ਨਾਲ ਸੁਣੀ, ਰੱਬ ਇਹ ਗੱਲ ਜਾਣਦਾ, ਇਹ ਜਿਹੜੇ ਮੇਰੇ ਅੰਬੀਆ ਇਹ ਵੀ ਗੈਬ ਜਾਣਦੇ ਨੇ। ਇਹ ਗੱਲ ਮੈਂ ਤੁਹਾਨੂੰ ਮੂਸਾ ਅਲੈਹਿ ਸਲਾਮ ਦੀ ਤਕਾਈ ਸੁਣਾਈ, ਮਾਂ ਵੀ ਉਸਦੀ ਆਖਣੀ ਤੇ ਮੂਸਾ ਵੀ ਆਖਣਾ, ਰੱਬ ਵੀ ਆਖਣਾ ਕਿ ਤੂੰ ਪੜੋਸੀ ਉਸੇ, ਠੀਕ। ਹੁਣ ਜਿਹੜੇ ਅੰਬੀਆ ਹੈਗੇ ਨੇ, ਇਹ ਇੱਧਰ ਮੇਰੀ ਗੱਲ ਸੁਣੀ ਕਿ ਨੇ, ਯਾ ਨਬੀ ਦਾ ਜਿਹੜਾ ਤਰਜੁਮਾ ਹੈਗਾ, ਤਰਜੁਮਾ ਜਿਹੜਾ ਹੈਗਾ ਮਾਸ਼ਾ ਅੱਲਾ, ਉਹਦਾ ਤਰਜੁਮਾ ਇਹ ਹੀ ਹੈਗਾ ਕਿ ਗੈਬ ਕੀ ਖਬਰ ਦੇਣੇ ਵਾਲਾ, ਗੈਬ ਕੀ ਮਤਲਬ, ਗੈਬ ਜਾਣਦੇ ਨੇ ਤਾਂ ਖਬਰ ਦਿੰਦੇ ਨਾ। ਇਹ ਜਿਹੜੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਹੈ, ਉਹ ਜਿਹੜਾ ਗਾਰ ਹੀ ਸੱਪ, ਇਹ ਜਿਹੜਾ ਗਾਰ ਹੀ ਸੱਪ ਸੀ, ਜਿਸ ਗਾਰ ਹੀ ਸੈਯਦਨਾ ਸਦੀਕੀ ਅਕਬਰ ਗਏ ਨਾਲ, ਮੌਲਾ ਨਹੀਂ ਨਾਲ ਨਬੀ ਅਲੈਹਿ ਸਲਾਤੁ ਸਲਾਮ ਗਏ, ਹੈ ਉਹ ਜਿਹੜਾ ਗਾਰ ਹੀ ਸੱਪ ਸੀ, ਉਸ ਇਬਰਾਹੀਮ ਅਲੈਹਿ ਸਲਾਮ ਦੱਸਿਆ ਸੀ, ਜਿਸ ਮਹਬੂਬ ਦਾ ਤੂੰ ਜ਼ਿਕਰ ਕਰ ਰਹੇ ਜਾਂ ਜਿਸ ਦੀ ਤਲਾਸ਼ੀ 'ਚ, ਉਸ ਗਾਰ ਵਿੱਚ ਅਸੀਂ, ਉਸ ਗਾਰ ਵਿੱਚ, ਉਹ ਫਲਾਣੇ ਟਾਈਮ 'ਤੇ ਅਸੀਂ। ਜਿਹੜੇ ਅੰਬੀਆ ਹਾਂ, ਅੱਲਾ ਦੇ ਕਰਮ ਨਾਲ, ਅੱਲਾ ਦੇ ਫਜ਼ਲ ਨਾਲ, ਅੱਲਾ ਦੇ ਦੇਣ ਨਾਲ, ਇਹ ਮੇਰੀ ਗੱਲ ਸੁਣੀ ਕਿ ਨਹੀਂ, ਉਹ ਗੈਬ ਜਾਣਦੇ ਅੰਬੀਆ ਵੀ ਔਰ ਔਲੀਆ ਵੀ। ਹਾਂ, ਇਹ ਜਿਹੜਾ ਵੀ ਉਹ ਜਿਸ ਤਰ੍ਹਾਂ ਮੈਂ ਗੱਲ ਨਹੀਂ ਕਰਦਾ, ਦਰੇ ਤਾਬਾ ਪਰ ਨਜ਼ਰ ਰੱਖਤੇ ਹੈ, ਪੂਰੀ ਆ ਦੁਨੀਆ ਕੀ ਖਬਰ ਰੱਖਤੇ ਹੈ, ਮਾਸ਼ਾ ਅੱਲਾ ਨਬੀ ਅਲੈਹਿ ਸਲਾਤੁ ਵਸਲਾਮ ਨਾ ਨਾਮ ਚ ਤਾਰਨ ਵਾਲਾ ਬੰਦਾ ਇੱਧਰ ਮੇਰੀ ਗੱਲ ਸੁਣ ਕੇ ਨਹੀਂ, ਅਧੂਰਾ ਨਹੀਂ ਹੋ ਸਕਦਾ, ਨਾ 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 ਨਾ। ਇਹ ਜਿਸਲੇ ਮਯੂਦੀਨ ਅਜਮੇਰੀ ਉੱਥੋਂ ਸੁਲਤਾਨੁਲ ਹਿੰਦ ਦਾ ਲਕਬ ਮਿਲਿਆ, ਮਾਸ਼ਾ ਅੱਲਾ, ਉੱਥੋਂ ਨਿਕਲੇ ਤਾਂ ਬਗਦਾਦ ਸ਼ਰੀਫ ਕੀ ਕਹਿਣਗੇ, ਜਾ ਕੇ ਟੀ ਨੰਬਰ ਲਵਾਓ, ਟੀ ਨੰਬਰ, ਟੀ ਨੰਬਰ ਆ ਗਏ ਨੇ ਬਗਦਾਦ ਸ਼ਰੀਫ। ਹਾਂ, ਬਗਦਾਦ ਸ਼ਰੀਫ ਆ ਗਏ ਨੇ ਆਣ ਕੇ, ਸਰਕਾਰ ਗੰਸ ਪਾਕ ਨੂੰ ਕਹਿੰਦੇ ਨੇ, ਕਹਿਣਗੇ ਜਿਹੜਾ ਰਾਗ ਹੈਗਾ ਨਾ, ਇਹਦੀ ਮੈਨੂੰ ਬਾਦਸ਼ਾਹੀ ਚਾਹੀਦੀ। ਸਰਕਾਰ ਗੰਸ ਪਾਕ ਨੂੰ ਕਿਹਾ, ਜਿਹਨੇ ਜਿਹੜਾ ਰਾਗ ਹੈਗਾ ਇਹ ਦੇ ਦਿੱਤਾ, ਆ ਕਿਸ ਨੂੰ, ਆ ਸੋਰ ਵਰਦੀਆਂ ਨੂੰ, ਸੋਰ ਵਰਦੀਆਂ ਨੂੰ। ਫਿਰ ਚੜ ਗਿਆ, ਮੇਰੀ ਗੱਲ ਸੁਣ ਗਈ, ਚੜ ਗਿਆ ਉਹਨਾਂ ਨੂੰ ਜਨੂਨ। ਫਿਰ ਇਹ ਜਿਹੜਾ ਰਾਕ ਹੈ ਨਾ, ਇਸ ਲਈ ਵੀ ਰਾਕ ਹੀ ਇਹ ਹੈ, ਇਹ ਨਹੀਂ ਹੈ ਨਾ, ਇਹ ਹੋਰ ਨਾਲ ਇਸ ਲਈ ਵੀ ਹੈ, ਉਸ ਲੇਟੇ ਵਿੱਚ ਜਿਹੜੀ ਗੱਲ ਮੈਂ ਆਖਣਾ, ਅਮਨ ਅਮਾਨ ਨਹੀਂ, ਇੱਧਰ ਮੇਰੀ ਗੱਲ ਸੁਣੀ ਕਿ ਨਹੀਂ, ਅਮਨ ਅਮਾਨ ਉਸੀ ਵੇਲੇ ਪਟਿਆ ਗਿਆ ਸੀ ਜਿਸ ਲਈ ਮੇਰੀ ਗੱਲ ਸੁਣੀ ਕਿ ਨਹੀਂ, ਮਯੂਦੀਨ ਅਜਮੇਰੀ ਸੁਣ ਉੱਠ ਕੇ ਆ, ਇੱਧਰ ਮੇਰੀ ਗੱਲ ਸੁਣੀ ਕਿ ਨਹੀਂ, ਹੁਕਮ ਦਿੱਤਾ ਸਾ ਇਰਾਕ, ਸਰਕਾਰ ਗੌਸ ਪਾਕ ਦੀ ਨਿਗਾਹ ਪਈ, ਹੋਰ ਉਲੀਆ ਅੱਲਾ ਦੀ ਨਿਗਾਹ ਪਈ, ਇਹ ਤਾਂ ਇਰਾਕ ਜੁਲਦਾ ਪਿਆ, ਮਾਸ਼ਾ ਅੱਲਾ ਨਿਗਾਹ ਮਾਰੀ ਤਾਂ ਮਯੂਦੀਨ ਅਜਮੇਰੀ ਹੋਰਾਂ ਮੁੰਦਲ ਸ਼ੁਰੂ ਕੀਤੀ ਸੀ, ਆ ਇਰਾਕ ਕਾਬੂ ਕੀਤੇ ਅਸੀਂ, ਹੈ ਫਟੋ ਫਟ, ਇਹ ਮੇਰੀ ਗੱਲ ਸੁਣੀ ਕਿ ਨਹੀਂ, ਸਰਕਾਰ ਗੌਸ ਪਾਕ ਸੁਣ ਆਖਿਆ, ਕੋਈ ਕਿਸੇ ਜੇ ਤਬਲਾ ਬਾਜੀ ਸੁਰੰਗਾ ਸੁਣਗੀ, ਕੋਈ ਤੱਕੋ ਕਿਸੇ ਜਗ੍ਹਾ ਦੇ ਅਗਰ ਹੋਵੇ ਲੈ ਆਉ, ਨਹੀਂ ਤਾਂ ਗਿਆ ਹੀ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ, ਕਿਸੇ ਕੂੜੇ ਵਿਚਾਲੇ 'ਚੋਂ ਜਾ ਕੇ ਇਹ ਤਬਲੇ ਵੀ ਸੁਰੰਗੀਆਂ ਵੀ ਤਾਂ ਬਾਜੇ ਬੂਜੇ ਸਾਰਾ ਕੁਝ ਲੈ ਕੇ ਆਏ, ਫਿਰ ਆਣ ਕੇ ਉਹਨਾਂ ਆਖਿਆ ਕਿਹੜਾ ਵੀ ਸਲੇ ਲਾ ਕੇ, ਅੱਲਾ ਹੀ ਜਾਣੇ ਕੌਣ ਵਿਚਾਰੇ, ਕੋਈ ਤਾਂ ਟਾਈਮ ਦੇਸਾਂ ਜੀ, ਤਾਂ ਟਾਈਮ ਦੇਸਾਂ ਘਰ ਜਾ ਕੇ, ਮੈਨੂੰ ਹੁਣ ਸੁਣਾਇਆ ਦਿਲ ਨਹੀਂ ਰਿਹਾ, ਤੁਸਾਂ ਅੱਗੇ ਮੇਰੇ ਕੋਲ ਸੁਣੇ ਨਾ।
ਬੜੇ ਦਿਨ ਚ ਮੇਰੇ ਸੁਣਿਆ ਨਾ ਮੇਰੇ ਕੋਲ, ਠੀਕ ਹੈ ਤੁਸਾਂ ਵੀ ਮੈਂ ਸੁਣਿਆ, ਇਹਨਾਂ ਨੂੰ ਐਵੇਂ ਛੋੜ ਦਿੰਦੇ ਅੱਜ ਬਸ, ਆਜ ਥੱਕਵਾਰੇ ਥੱਕਵਾਰੇ ਟੁੱਟ ਜਾਣਗੇ, ਅਗਲੇ ਜਾਣ ਜਾ ਕੇ ਦੁੱਖ ਸੁਣਾਵਾਂਗੇ। ਮਾਸ਼ਾ ਅੱਲਾ, ਹੁਣ ਸਾਰਿਆਂ ਕੋਲੋਂ ਜਿਹੜੀ ਵੱਡੀ ਜਿਹੜੀ ਗੱਲ ਹੈ ਮੈਂ ਜਾਣਦੇ ਜਾਂਦੇ ਹਾਂ ਉਸਨੂੰ ਤੋਹਫ਼ਾ ਦੇਵਾਂ। 2023 ਵਿੱਚ ਮੈਂ ਆਖਿਆ ਸਾ ਅਕਤੂਬਰ ਵਿੱਚ ਇਲੈਕਸ਼ਨ ਦਾ ਟਾਈਮ ਫਰੇਮ ਉਹ ਸੀ, ਟਾਈਮ ਫਰੇਮ ਉਹ ਸੀ ਔਰ ਪੱਕੇ ਵੱਡੇ ਉਸ ਟਾਈਮ ਫਰੇਮ ਹੋ ਗਿਆ। 2024 ਵਿੱਚ ਹੁਣ ਇਲੈਕਸ਼ਨ ਉਹ ਸਨ, ਠੀਕ ਹੈ। ਔਰ ਇਹ ਆਪਣੀ ਤਿਆਰੀਆਂ ਕਰਦੇ ਹਨ, ਸੜਕਾਂ ਸੁੜਕਾਂ ਕੁੱਟ ਕੁੱਟ ਆ ਕੇ ਹੀ ਮੇਰੀ ਗੱਲ ਸੁਣੀ ਗਈ ਨਾ ਨਾ, ਉਸ ਕੋਲੋਂ ਪਹਿਲੇ ਜਿਹੜੀ ਗੱਲ ਮੈਨੂੰ ਨਜ਼ਰ ਆਉਂਦੀ ਪਈ ਨਾ ਮੇਰੀ ਗੱਲ ਸੁਣੀ ਗਈ ਨਾ। ਹਾਂ ਮੈਨੂੰ ਜਿਹੜੀ ਹੈ ਨਾ ਮੁਸਲਿਮ ਲੀਗ, ਹਾਂ ਮੁਸਲਿਮ ਲੀਗ ਮੈਨੂੰ ਬੇਵਾ ਹੁੰਦੀ ਦਿਖਾਈ ਦਿੰਦੀ ਪਈ, ਬੇਵਾ ਸਮਝੇ। ਹੁਣ ਜਿਹੜੀ ਗੱਲ ਇੱਕ ਮੈਂ ਬਹੁਤ ਛੁਪਾ ਲੁਕਾ ਕੇ ਰੱਖੀ ਦੀ ਹੈ, ਤੁਹਾਨੂੰ ਦਿੱਤੀ ਨਹੀਂ ਕਦੀ, ਅਤੇ ਮੇਰੀ ਗੱਲ ਇਹ ਮੈਂ ਉਹ ਵੀ ਤੁਹਾਨੂੰ ਦੇ ਦੇਵਾਂ। ਉਹ ਹੈਗੀ ਕਿ ਮਰੀਮ ਨਵਾਜ਼ ਵਾਸਤੇ ਮੈਂ ਇਹ ਗੱਲ ਆਖੀ ਸੀ, ਮਰੀਮ ਨਵਾਜ਼ ਉਸ ਵੇਲੇ ਵਜ਼ੀਰ ਆਜ਼ਮ ਬਣਦੀ, ਉਸ ਵੇਲੇ ਜਿਸ ਵੇਲੇ ਅੱਬੇ ਹੋਰਾਂ ਦੀ ਨਵਾਜ਼ ਸ਼ਰੀਫ ਦੀ ਕੁਰਬਾਨੀ ਦੇ ਸੀ, ਚਾਚੇ ਹੋਰਾਂ ਦਾ ਸਦਕਾ ਦੇ ਸੀ, ਉਹਨਾਂ ਬਾਪ ਦੀ ਕੁਰਬਾਨੀ ਦੇ ਸਕਣੀ, ਨਾ ਬਾਪ ਦੀ ਕੁਰਬਾਨੀ ਦੇ ਸਕਣੀ ਨਾ ਚਾਚੇ ਦਾ ਸਦਕਾ ਦੇ ਸਕਣੀ, ਇੱਕ ਚੀਜ਼ ਹੀ ਨਹੀਂ ਦੇ ਸਕਣੀ। ਪਰ ਇੱਕ ਚੀਜ਼ ਮੈਂ ਹੋਰ ਵੀ ਤੱਕੀ ਸੀ, ਇੱਥੇ ਕੋਲ ਲਿਖਿਆ ਹੋਇਆ ਜਗ੍ਹਾ ਤੇ, ਇਹ ਜਗ੍ਹਾ ਤੇ ਇੱਥੇ ਉਹ ਕਿਸੇ ਜਗ੍ਹਾ ਤੇ ਲਿਖਿਆ ਹੋਇਆ ਇੱਥੇ, ਮਾਸ਼ਾ ਅੱਲਾ ਜਿਹੜੀ ਗੱਲ ਮੈਂ ਆਖਣਾ, ਹਾਂ ਇੱਕ ਔਰਤ ਦੀ ਇੱਕ ਔਰਤ ਹੁਕਮਰਾਨ ਬਣ ਸੀ, ਇੱਥੇ ਲਿਖਿਆ ਤਾਂ ਬਾਅਦ ਪੜ੍ਹ ਕੇ ਨਹੀਂ। ਹਾਂ ਹੁਣ ਮੈਨੂੰ ਇਹ ਗੱਲ ਦੱਸੋ, ਇਹ ਜਿਹੜੀ ਚੀਜ਼ ਮੈਂ ਪੜ੍ਹੀ, ਇਹ ਰੱਬ ਦੀ ਜਿਹੜੀ ਉਹ ਸਟੇਸ਼ਨਰੀ ਤੁਸੀਂ ਜੇ ਲਿਖੀ ਜੀ, ਇਹ ਨਹੀਂ ਕਹਿੰਦੇ ਮਰੀਮ ਹੀ ਹੈ, ਨਾ ਨਾ, ਜਬ ਤੱਕ ਔਰਤ ਹੁਕਮਰਾਨ ਨਹੀਂ ਆਏਗੀ ਫੌਜ ਇਕਤਦਾਰ ਮੈਂ ਨਹੀਂ ਆ ਸਕਦੀ। ਜ਼ਾਹਰੀ ਜਿਸ ਤਰ੍ਹਾਂ ਫੌਜ ਹੋਲਡ ਕਰਦੀ ਨਾ ਜਾਂ ਸਾਰਾ ਕੁਝ ਚੁੱਕਦੀ ਹੈ, ਤਾਂ ਇਸ ਵੇਲੇ ਸਾਰਾ ਜਿਹੜਾ ਮਾਮਲਾਤ ਹੈ, ਇਹ ਤਾਂ ਮੈਂ ਆਖਿਆ ਸੀ ਨਾ, ਨਾਲ ਆਖੋ ਮੈਂ ਅਖਬਾਰ ਵੀ ਦੇ ਦਿੰਦਾ, ਹਾਂ ਫੌਜ ਕਾ ਸਰਬਰਾਹ ਹੀ ਇਹਦਾ ਮੁਲਕ ਕਾ ਸਰਬਰਾਹ ਹੋਗਾ, ਆਰਮੀ ਚੀਫ ਹੀ ਮੁਲਕ ਕਾ ਸਰਬਰਾਹ ਹੋਗਾ। ਇਹ ਮੇਰੇ ਅੰਦਾਜ਼ੇ 12-13 ਦਫ਼ਾ ਇਹ ਚੀਜ਼ ਮੇਰੀ ਛੱਪੀ ਦੀ ਔਰ ਮੇਰੇ ਕੋਲ ਮੌਜੂਦ ਹੈ। ਹੁਣ ਅਗਰ ਰੱਬ ਇਹ ਮੇਰੇ ਕੋਲ ਰਸਤੇ ਅਮਾਰ ਕਰਨਾ, ਅਮਾਰ ਅਮਾਰ ਕਰਨਾ, ਰੱਬ ਰਸਤੇ ਅਮਾਰ ਕਰਨਾ ਪਿਆ ਇੱਥੇ ਮਰੀਮ ਦੀ ਕੀ ਜ਼ਰੂਰਤ ਹੈ, ਸ਼ਬਾਜ਼ ਸ਼ਰੀਫ ਦੀ ਕਿਹੜੀ ਜ਼ਰੂਰਤ ਹੈ, ਨਵਾਜ਼ ਸ਼ਰੀਫ ਦੀ ਕਿਹੜੀ ਜ਼ਰੂਰਤ ਹੈ, ਰੱਬ ਅੱਗੇ ਕੌਣ ਖਲ ਸਕਣਾ, ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਆ, ਰੱਬ ਜੋ ਚਾਹੇ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਆ, ਉਸਦੀ ਜ਼ਬਾਨ ਚੋ ਵੀ ਮੇਰੀ ਗੱਲ ਸੁਣੀ ਕਿ ਨਹੀਂ ਆ, ਇੱਕ ਦਫ਼ਾ ਕੌਣ ਫਈਏ ਕੌਣ ਨਿਕਲ ਜਾਵੇ ਉਹ ਚੀਜ਼ ਹੋ ਕੇ ਰਹਿੰਦੀ ਜਿਹੜੀ ਗੱਲ ਮੈਂ ਆਖਣਾ ਪਿਆ। ਹਾਂ ਹੁਣ ਜਿਹੜੀਆਂ ਚੀਜ਼ਾਂ ਮੈਂ ਤੁਸਾਨੂੰ ਦੇ ਦਿੱਤੀਆਂ ਇਹ ਜਿਹੜੀ ਮਈਉਦੀਨ ਅਜਮੇਰੀ ਅਲੀ ਅੱਜ ਮੈਂ ਵਾਪਸ ਲੈ ਕੇ ਜਾਣਾ ਇਸ ਵਾਸਤੇ ਕਿ ਤੁਸਾਂ ਜਿਹੜੇ ਨਜ਼ਮ ਜ਼ਬਤਾਂ ਨੂੰ ਠੀਕ ਨਹੀਂ ਹੈ, ਨਾ ਨਾ, ਹੁਣ ਮੈਂ ਰਾਸ਼ਦ ਅਬਾਸੀ ਸਾਹਿਬ ਨੂੰ ਮੈਂ ਆਪ ਉੱਥੇ ਜਾਣਾ, ਉਹ ਮੇਰੇ ਵੀ ਜਗ੍ਹਾ 'ਤੇ ਆਉਣ, ਆਉਣ ਕੇ ਇੱਧਰ ਮੇਰੀ ਗੱਲ ਸੁਣੀ ਕਿ ਨਹੀਂ ਆ, ਅਤੇ ਨਾ ਉਸ ਤੋਂ ਬਾਅਦ ਕਿ ਨਾ ਆਪਣਾ ਸਲਾਤੋ ਸਲਾਮ ਤੋਂ ਬਾਅਦ ਖਤਮ ਸ਼ਰੀਫ, ਖਤਮ ਸ਼ਰੀਫ ਤੋਂ ਬਾਅਦ ਮਾਸ਼ਾ ਅੱਲਾ ਫਿਰ ਦੁਆ, ਖਤਮ ਸ਼ਰੀਫ ਜਾਂ ਤਾਂ ਕਮਲ ਪੜਸੀ ਜਿਹੜੀ ਗੱਲ ਮੈਂ ਕਰਨਾ ਪਿਆ, ਜਾਂ ਕਮਲ ਪੜਸੀ ਜਾਂ ਸਲੀਮ ਸਾਹਿਬ ਪੜਸਨ, ਮਾਸ਼ਾ ਅੱਲਾ ਕਰੀਮ ਸਲੀਮ ਸਾਹਿਬ
ਮਾਸ਼ਾਅੱਲਾ ਜਿਹੜੀ ਗੱਲ ਮੈਂ ਆਹ ਆਏ ਥੇ ਫਿਕਰਾਨਾ ਸਦਾ ਕਰ ਚਲੇ ਮੀਆਂ ਤੁਮ ਖੁਸ਼ ਰਹੋ ਹਮ ਦੁਆ ਕਰ ਚਲੇ ਬਿਸਮਿਲ੍ਲਾ ਜੀ ਆ ਜਾਓ ਜੀ।